ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਸਰਬਜੀਤ, ਪੇਂਡੂ ਲਾਈਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ। ਹੋਰ ਸੁਣਾਓ ਜੀ, ਸਾਰੇ ਕਿਵੇਂ ਆ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਆ। ਤੇ ਲੋ ਜੀ, ਇਹ ਹੈਗਾ ਜੀ ਸੁਬਾ ਦਾ ਟਾਈਮ, ਹਨਾ? ਤੇ ਸਾਰੇ ਮੇਰੇ ਕੰਮ ਧੰਦੇ ਹੋ ਗਏ ਨੇ, ਰੂਮ ਆਪਾਂ ਸਾਰਾ ਕਲੀਅਰ ਕਰ ਲਿਆ, ਤੁਹਾਨੂੰ ਦਿਖਾਉਂਦੇ ਆ। ਲੋ ਜੀ, ਆਪਣਾ ਸਾਰਾ ਦੇ ਲੋ ਬੈਠਕ, ਮਤਲਬ ਕਿ ਕਮਰੇ ਦੀ ਸਾਫ ਸਫਾਈ ਹੋ ਗਈ ਸੀ, ਰੂਮ ਵਗੈਰਾ ਸਾਰਾ ਸਾਫ ਕਰ ਦਿੱਤਾ ਮੈਨੇ, ਤੇ ਸਾਰੇ ਕੰਮ ਤਕਰੀਬਨ ਮੇਰੇ ਨਿਬੜ ਗਏ ਨੇ। ਤੇ ਬਾਕੀ ਸਾਰੇ ਵਿਹੜੇ ਦਾ ਕਲੀਅਰ ਹੋ ਗਿਆ, ਤੇ ਇੱਧਰ ਮੈਂ ਕੱਪੜੇ ਵਗੈਰਾ ਧੋ ਕੇ ਪਾ ਦਿੱਤੇ ਨੇ ਸੁੱਕਣੇ, ਤੇ ਇੱਧਰ ਗਰਮ ਪਾਣੀ ਲਾਇਆ ਹੋਇਆ ਹਨਾ ਨਹਾਉਣ ਵਾਸਤੇ। ਮਨਿੰਦਰ ਨੂੰ ਕਿਹਾ ਚੱਲ ਪਹਿਲਾਂ ਤੂੰ ਨਹਾ ਲਾ, ਤੇ ਭਾਂਡੇ ਵਗੈਰੇ ਮੇਰੇ ਚਿੜਨ ਵਾਲੇ ਨੇ ਹਲੇ ਨਾ, ਮੇਰੀ ਦੁੱਧ ਨੂੰ ਬਾਲੀ ਦੇਣ ਵਾਲੀ ਆ, ਦੁੱਧ ਨੂੰ ਬਾਲੀ ਦੇ ਲਈਏ ਜੀ। ਆ ਗਏ ਆਪਾਂ ਕੋਠੇ ਤੇ, ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪਿੰਡ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਕਿਵੇਂ ਮਨਾਉਂਦੇ ਨੇ। ਮੇਰੇ ਪਤੰਗ ਹੀ ਪਤੰਗ ਚੜ੍ਹਦੇ ਨੇ ਕੋਠਿਆਂ ਤੇ। ਪਤੰਗ ਤਾਂ ਦਿੰਦਾ ਨੀ ਕੋਈ, ਹੈਂ ਪਤੰਗ? ਆ ਵੀਡੀਓ ਬਣਾਈ ਇੱਧਰ ਬੜੇ ਆ। ਲਓ ਜੀ, ਸਿਮਰਨ ਬਣਾਊਗਾ ਵੀਡੀਓ ਪਤੰਗਾਂ ਦੀ, ਸਾਰੇ ਦਿਖਾ ਦੇ ਉੱਤੋਂ। ਕੋਈ ਦੇਖਦਾ ਹੀ ਨਹੀਂ ਮੈਨੂੰ ਤਾਂ, ਮੈਂ ਤਾਂ ਫੋਨ 'ਚ ਨਹੀਂ ਕੁਛ ਦੇਖਦਾ। ਪਤੰਗਾਂ ਦੀ ਵੀਡੀਓ ਬਣਾ ਦੇ, ਹੁਣ ਦੇਖਦਾ ਹੀ ਨਹੀਂ ਫੋਨ 'ਚ ਕੁਛ, ਬਲਰ ਹੋ ਗਿਆ ਸਾਰਾ ਕੁਛ। ਫੋਕਸ ਤਾਂ ਕਰ ਲਾ ਜਿਹੜਾ ਪਤੰਗ ਉਹ ਤੇ ਫੋਕਸ ਕਰ ਲਾ, ਓਏ ਬੋਲਦਾ ਨਹੀਂ। ਜਿਹੜਾ ਆ ਵਾਲਾ ਪਤੰਗ ਇਧਰਲੀ ਸਾਈਡ ਵਾਲਾ, ਤਾਂ ਆ ਤਾਂ ਸਾਡਾਗਾ, ਬੱਬੂ 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 ਪਹਿਲਾਂ ਪਹਿਲਾਂ ਤਿੰਨ ਚਾਰ ਪਤੰਗ ਵੱਡੇ ਨੇ, ਹੁਣੀ ਹੁਣੀ ਬਸ ਆ ਚਾੜਿਆ ਸੀ। ਇਹਦੇ ਨਾਲ ਵੀ ਇੱਕ ਵੱਡੇ ਕਿੰਨਾ ਬੱਬੂ, ਦੋ ਵੱਡਤੇ ਇਹਦੇ ਨਾਲ, ਹੁਣੀ ਹੁਣੀ ਹੋਰ ਚਾੜਿਆ ਸੀ ਜਿਹੜਾ। ਜੀ ਦੇਖੋ, ਸਿਮਰਨ 9 ਵਜੇ ਦਾ ਕੋਠੇ ਤੇ ਆਇਆ ਹੋਇਆ ਨਾ, 9:30 ਵਜੇ ਦਾ ਹਲੇ ਨੇ ਨਹਾਉਣਾ, ਹੁਣ 11 ਵੱਜ ਗਏ ਤੇ 11 ਵੱਜ ਚੁੱਕੇ ਨੇ। ਮਨਿੰਦਰ ਨੂੰ ਕਿਹਾ ਪਾਣੀ ਤੇਰਾ ਗਰਮ ਹੋਇਆ ਪਿਆ, ਤੂੰ ਨਹਾ ਲਾ ਹਨਾ। ਤੇ ਇਹਨੇ ਲਾਈ ਆ ਪਤੰਗਾਂ ਦੀ ਝੱਟ, ਹੁਣ ਇਹ ਮੈਨੂੰ ਲੱਗਦਾ 4 ਵਜੇ ਤੱਕ ਤਾਂ ਨਹੀਂ ਇਹ ਉਤਰਨਾ, ਜਦ ਤੱਕ ਟਿਊਸ਼ਨ ਲੱਗੂਗਾ। ਟਿਊਸ਼ਨ ਤੀ ਮੈਨੂੰ ਲੱਗਦਾ ਛੁੱਟੀ ਕਰਨੀ ਪਊ ਇਹਨੂੰ ਪਤੰਗਾਂ ਦੇ ਮਾਰੇ। ਦੇਖੋ ਜੀ, ਪਤੰਗ ਚੜ੍ਹਦੇ ਨੇ ਇੱਧਰ, ਤੇ ਬਾਕੀ ਇੱਧਰ ਕੋਠੇ ਤੇ ਪਤੰਗ ਚੜ੍ਹਦੇ ਨੇ। ਦੇਖੋ ਡੀਜੇ ਡੂਜੇ ਲੱਗੇ ਹੋਏ ਨੇ, ਸਾਰੇ ਕਿਤੇ ਪਤੰਗ ਚੜ੍ਹਦੇ ਨੇ, ਇੱਕ ਸਾਰੇ ਜਣੇ ਚੜ੍ਹਾਉਂਦੇ ਨੇ ਪਤੰਗ ਬਸੰਤ ਪੰਚਮੀ ਕਰਕੇ। ਲਓ ਜੀ ਚੱਲਦੇ ਹਾਂ ਹੁਣ ਆਪਾਂ ਨੀਚੇ। ਲਓ ਜੀ ਆਪਾਂ ਨੀਚੇ, ਸਾਨੂੰ ਮੈਂ ਗੁਰਸਿਮਰਨ ਦੇ ਪਤੰਗ ਦਿਖਾਉਂਦੀ ਹਾਂ। ਦੇਖੋ ਆ ਰੱਖੇ ਪਏ ਨੇ, ਉਹਨੂੰ ਮੈਂ ਕਿਹਾ ਨੀਚੇ ਰੱਖ ਲਾ ਹਨਾ। ਕਿੰਨੇ ਨੇ ਇਹ ਹੋਣਗੇ, 1 2 3 4 5 ਪਤੰਗ ਇਹ ਹੋ ਗਏ, ਬਾਕੀ ਇਹਦੇ ਲਫਾਫੇ 'ਚ ਪਾਏ ਪਏ ਨੇ। ਇਹ ਤਾਂ ਵਿਚਾਰੇ ਦਾ ਟੁੱਟੀ ਗਿਆ ਸਿੱਧੂ ਮੂਸੇ ਵਾਲਾ। ਬਾਕੀ ਦੇਖੋ ਜੀ, ਇਹ ਨੇ ਪਤੰਗ ਸਿਮਰਨ ਦੇ, ਬਾਕੀ ਉੱਪਰ ਲੈ ਗਿਆ ਉਹ ਕੋਠੇ 'ਤੇ ਚੜ੍ਹਾਉਣ ਵਾਸਤੇ। ਅਤੇ ਇਹ ਕਿ ਨਾ, ਉਹਨੂੰ ਵੈਸੇ ਤਾਂ ਮੈਂ ਪਤੰਗ ਮੰਗਵਾ ਕੇ ਦਿੱਤੇ ਹੈਗੇ ਸਰਦਾਰ ਜੀ ਨੂੰ, ਮੈਂ ਕਿਹਾ ਲਿਆ ਕੇ ਦੇਣੇ ਹੈਗੇ ਪਤੰਗ ਹਨਾ, ਮੈਂ ਪਿਛਲੇ ਸਾਲ ਦੀ ਬਹੁਤ ਜ਼ਿਆਦਾ ਪਏ ਨੇ, ਕੀ ਕਾਰਨ ਨੇ ਪੈਸੇ ਲਾਈ ਜਾਣੇ ਹਨਾ, ਵਾਧੂ ਦਾ ਪੈਸਾ ਨਜਾਇਜ਼ ਖਰਚ ਕਰਨਾ ਹੀ ਹੈ ਇਹ। ਅਤੇ ਦੇਖੋ ਸਿੱਧੂ ਮੂਸੇ ਵਾਲੇ ਆ ਗਏ ਪਤੰਗ ਇੱਧਰ, ਅਤੇ ਇਹ ਸਾਰੇ ਪਤੰਗ ਨੇ। ਇਹਦਾ ਮਾਰਾ ਤਾਂ ਸਿੰਮੂ ਅੱਜ ਕਹਿੰਦਾ ਮੈਂ ਟਿਊਸ਼ਨ ਤੋਂ ਛੁੱਟੀ ਮਾਰਨੀ ਪਤੰਗਾਂ ਕਰਕੇ ਉਹਨੇ, ਮੈਂ ਕਿਹਾ ਚੱਲ ਅੱਜ ਸਾਰੇ ਚੜ੍ਹਾਈ ਦੇ, ਜੇ ਕੱਟ ਦੇਣ ਤਾਂ ਕੱਟੇ ਜਾਣ, ਜਿੰਨੇ ਮਰਜ਼ੀ ਕੱਟ ਜਾਣ।
ਲੋ ਜੀ ਇਹ ਹੋ ਗਏ ਪਤੰਗ। ਲੋ ਜੀ ਪਤੰਗ ਵਗੈਰਾ ਦੇਖ ਲੈਣੇ ਤੁਸੀਂ ਨੇ। ਬਾਕੀ ਜਦੋਂ ਅੱਜ ਵੈਸੇ ਜਾਣਾ ਤਾਂ ਅਸੀਂ ਮੈਰਿਜ 'ਤੇ ਆ ਹੈ ਨਾ, ਅਤੇ ਮੈਰਿਜ 'ਤੇ ਜਾਣ ਕਰਕੇ ਮੈਨੇ ਹਲੇ ਮੇਰਾ ਨਹਾਉਣ ਨੂੰ ਪਾਣੀ ਲਾਇਆ ਹੋਇਆ। ਮੈਂ ਕਿਹਾ ਚੱਲ ਦੇਖਦੀ ਹਾਂ, ਇੱਕ ਜੀ ਕਰਦਾ ਜਾਵਾਂ ਮੈਰਿਜ 'ਤੇ, ਇੱਕ ਜੀ ਕਰਦਾ ਰਹਿਣ ਦਾ ਕੀ ਕਰੂੰਗੀ ਹੈ ਨਾ। ਫਿਰ ਮੈਂ ਜੀ ਕਰਦਾ ਚੱਲ ਚਲੀਓ ਜਾਂਦੀ ਹਾਂ ਹੈ ਨਾ, ਘਰ ਵਿਹਲੀ ਵੀ ਕੀ ਕਰੂੰਗੀ। ਅਤੇ ਫਿਰ ਸਰਦਾਰ ਜੀ ਆਉਂਦੇ ਨੇ ਕੰਮ ਤੋਂ, ਤਿਆਰ ਹੋਣਗੇ ਆ ਕੇ ਉਹਨਾਂ ਦਾ ਪਾਣੀ ਲਾ ਦਿੰਦੇ ਹਾਂ। ਮਨਿੰਦਰ ਨਹਾਉਣ ਲੱਗ ਗਿਆ, ਮੇਰਾ ਪਾਣੀ ਹਲੇ ਲਾਉਣਾ ਹੈ, ਅਤੇ ਫਿਰ ਮੈਂ ਨਹਾਉਂਦੀ ਹਾਂ। ਅਤੇ ਬਾਕੀ ਜੇ ਮੈਰਿਜ 'ਤੇ ਗਏ ਤਾਂ ਉਹ ਵੀ ਵੀਡੀਓ ਥੋੜ੍ਹੀ ਜਿਹੀ ਸ਼ੂਟ ਕਰ ਲਵਾਂਗੇ, ਤੁਹਾਨੂੰ ਦਿਖਾ ਦਾਂਗੇ। ਅਤੇ ਚਲੋ ਜੀ ਆਪਾਂ ਕਰਦੇ ਹਾਂ ਹੁਣ ਮਤਲਬ ਕਿ ਕੱਪੜਿਆਂ ਦੀ ਪ੍ਰੈਸ, ਜੋ ਵੀ ਮੈਰਿਜ 'ਤੇ ਪਾ ਕੇ ਜਾਣੇ ਨੇ ਕੱਪੜਿਆਂ ਦੀ ਤਿਆਰੀ ਕਰਦੇ ਹਾਂ। ਅਤੇ ਕਿਹੜੇ ਕਿਹੜੇ ਡਿਸਾਈਡ ਨਹੀਂ ਹੋ ਰਿਹਾ, ਕਿਹੜਾ ਸੂਟ ਪਾਵਾਂ ਕਿਹੜਾ ਨਾ ਪਾਵਾਂ ਹੈ ਨਾ, ਪਤਾ ਨਹੀਂ ਲੱਗਦਾ ਹੈ ਕੱਪੜੇ ਜ਼ਿਆਦਾ ਹੋਣ ਕਰਕੇ। ਮੈਂ ਕਿਹਾ ਚੱਲ ਦੇਖਦੀ ਹਾਂ ਦੋ ਤਿੰਨ ਸੂਟ ਕੱਢ ਲਾਣੀ ਹੈ, ਜਿਹੜਾ ਜੱਚੂ ਆ ਬਸ ਉਹ ਹੀ ਪਾ ਲਾਂਗੇ। ਚਲੋ ਜੀ ਹੁਣ ਕਰਦੇ ਹਾਂ ਆਪਾਂ ਪ੍ਰੈਸ, ਅਤੇ ਫਿਰ ਗੱਲ ਕਰਦੇ ਹਾਂ।